ਵੇਖੋ ਪੰਜਾਬ ਚੈਨਲ ਤੇ ਤੁਹਾਨੂੰ ਸਭ ਨੂੰ ਜੀਆ ਨੂੰ ਅੱਜ ਮੈਂ ਆਇਆ ਜੀ ਪਿੰਡ ਪੈੜਾ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਵਿੱਚ। ਇੱਥੇ ਪਿੱਛੇ ਆ ਇੱਕ ਮਜ਼ਾਰ ਵੀ ਹੈ ਤੇ ਇਹ ਪੁਰਾਣੀ ਮਸਜਿਦ ਵੀ, ਇਹਦਾ ਤੁਹਾਨੂੰ ਵਿਜ਼ਿਟ ਕਰਵਾਉਂਦੇ ਹਾਂ ਤੇ ਯਕੀਨਨ ਤੁਹਾਨੂੰ ਵੇਖ ਕੇ ਤੇ ਮਜ਼ਾ ਆਏਗਾ। ਇਹ ਸਕੂਲ ਹੈ ਪਿੱਛੇ ਇਸ ਪਿੰਡ ਦਾ, ਇਹ ਮਸਜਿਦ ਹੈ, ਇਹ ਦਰਬਾਰ ਹੈ, ਬਹੁਤ ਮਸ਼ਹੂਰ ਦਰਬਾਰ ਹੈ ਅਤੇ ਇਹ ਪਿੱਛੇ ਇੱਕ ਪਿੱਪਲ ਦਾ ਦਰਖਤ ਵੀ ਹੈ, ਬਹੁਤ ਪੁਰਾਣਾ, ਉਹ ਵੀ ਤੁਹਾਨੂੰ ਵਿਖਾਉਂਦੇ ਹਾਂ। ਪਹਿਲੇ ਤੁਹਾਨੂੰ ਮਸਜਿਦ ਦੀ ਜ਼ਿਆਰਤ ਕਰਵਾ ਦੇਈਏ। ਮਾਸ਼ਾ ਅੱਲਾ, ਮਸੀਦ ਛੋਟੀ ਜਿਹੀ ਹੈ ਪਰ ਖੂਬਸੂਰਤ ਹੈ ਜੀ। ਇੱਕ ਉਹ ਬਾਹਰ ਕਬਰ ਹੈ, ਮਜ਼ਾਰ, ਇਹ ਵੀ ਤੁਹਾਨੂੰ ਵਿਖਾਉਂਦੇ ਹਾਂ। ਮਾਸ਼ਾਅੱਲਾ, ਖਜੂਰਾਂ ਇੱਥੇ ਬਹੁਤ ਨੇ ਅਤੇ ਮੈਨੂੰ ਤਾਂ ਖਜੂਰਾਂ ਨਾਲ ਵੈਸੇ ਵੀ ਬਹੁਤ ਪਿਆਰ ਜੇ, ਖਜੂਰਾਂ ਮੈਨੂੰ ਬਹੁਤ ਪਸੰਦ ਨੇ। ਰੁੱਖ ਵੇਖੋ ਕਿੰਨੇ ਪੁਰਾਣੇ ਨੇ, ਨਾਂ ਤਾਂ ਨਹੀਂ ਜੇ ਲਿਖਿਆ ਇੱਥੇ ਅਤੇ ਕਿਹਨਾਂ ਦੀ ਕਬਰ, ਪਰ ਹੈ ਬਹੁਤ ਪੁਰਾਣੀ। ਹੁਣ ਤੁਹਾਨੂੰ ਇਸ ਦਰਬਾਰ 'ਤੇ ਲੈ ਚੱਲਦੇ ਹਾਂ ਜਿਹੜਾ ਇਸ ਪਿੰਡ ਪੈੜਾ ਦਾ ਜਿਹੜਾ ਮਸ਼ਹੂਰ ਦਰਬਾਰ। ਚਰਾਗੀ ਇੱਥੇ ਚਰਾਗ ਚਰੂਗ ਬਾਲੇ ਜਾਂਦੇ ਨੇ। ਖਜੂਰਾਂ ਵੇਖੋ ਤੁਸੀਂ ਕਿੰਨੀਆਂ ਸੋਹਣੀਆਂ, ਮਾਸ਼ਾ ਅੱਲਾ। ਉਹ ਅੱਗੇ ਬੋਰਡ ਦਾ ਪਿੱਪਲ ਦਾ ਬੂਟਾ ਵੀ ਤੁਹਾਨੂੰ ਵਿਖਾਉਂਦੇ ਹਾਂ। ਇਹ ਵੇਖੋ ਕਿੰਨਾ ਪੁਰਾਣਾ ਜਿਹੜਾ ਨਾ ਪਿੱਪਲ ਦਾ ਬੂਟਾ ਜੀ, ਬਹੁਤ ਵੱਡਾ। ਅੱਛਾ, ਇੱਕ ਚੀਜ਼ ਤੁਹਾਨੂੰ ਜਿਹੜੀ ਇੱਥੇ ਆ ਕੇ ਮੈਨੂੰ ਪਤਾ ਚੱਲੀ, ਇੱਧਰ ਇਹ ਵੇਖੋ ਤੁਸੀਂ, ਇੱਧਰ ਇਹ ਥੱਲੇ ਪਿੱਪਲ ਦਾ ਬੂਟਾ ਨਾ, ਇਹ ਪਿੱਪਲ ਦਾ ਬੂਟਾ, ਉੱਤੇ ਵੇਖੋ ਤੁਸੀਂ ਖਜੂਰ ਨਿਕਲੀ ਜੀ। ਹੁਣ ਤਾਂ ਖੈਰ ਸੁੱਕ ਗਈ ਹੈ ਲੇਕਿਨ ਨਿਕਲੀ ਹੈ, ਵੇਖੋ ਅੱਲਾ ਦੀਆਂ ਸ਼ਾਨਾਂ ਨੇ ਅਤੇ ਉੱਤੇ ਖਜੂਰ ਦਾ ਬੂਟਾ ਹੈਗਾ। ਵਾਹ ਜੀ ਵਾਹ,
ਸਰ ਸ਼ਾਹ ਵਲੀ ਸਰਕਾਰ ਉਸ ਮੁਬਾਰਕ ਹਾੜ ਦੀ ਪਹਿਲੀ ਜੁਮਰਾਤ ਨੂੰ ਇਹਨਾਂ ਲੱਗਦਾ ਜੀ ਪਿੰਡ ਜੇ ਪੈੜਾ ਬਹੁਤ ਪੁਰਾਣੇ ਇੱਥੇ ਰੁੱਖ ਨੇ ਖਾਸ ਕਰ ਜਿਹੜੀਆਂ ਉਹਨਾਂ ਦੇ ਖਜੂਰਾਂ ਕਾਫੀ ਨੇ ਇੱਥੇ ਅਤੇ ਖਜੂਰਾਂ ਮੈਂ ਤੁਹਾਨੂੰ ਅੱਗੇ ਦੱਸਿਆ ਖਜੂਰਾਂ ਮੈਨੂੰ ਕਿਉਂ ਪਸੰਦ ਨੇ ਕਿ ਜਦੋਂ ਆਕਾ ਕਰੀਮ ਅਲੈਹਿ ਸਲਾਤੁ ਵਸਲਾਮ ਹਿਜਰਤ ਫਰਮਾ ਕੇ ਮੱਕਿਓ ਮਦੀਨੇ ਗਏ ਨਾ ਅਤੇ ਯਸਰਬ ਜਿਹੜਾ ਨਾ ਉਹ ਖਜੂਰਾਂ ਦਾ ਸ਼ਹਿਰ ਸੀ ਅਤੇ ਬਹੁਤ ਜ਼ਿਆਦਾ ਖਜੂਰਾਂ ਸਨ ਉੱਥੇ ਅਤੇ ਫਿਰ ਆਕਾ ਅਲੈਹਿ ਸਲਾਤੁ ਵਸਲਾਮ ਦੇ ਕਦਮ ਮੁਬਾਰਕ ਨੇ ਉਹਨੂੰ ਯਸਰਬ ਤੋਂ ਮਦੀਨਾ ਕਰ ਦਿੱਤਾ ਅਤੇ ਉਹ ਮਦੀਨਾ ਸ਼ਹਿਰ ਖਜੂਰਾਂ ਬਹੁਤ ਜ਼ਿਆਦਾ ਸੀ ਅਤੇ ਮੈਨੂੰ ਉਸ ਨਿਸਬਤ ਨਾਲ ਖਜੂਰਾਂ ਨਾਲ ਬਹੁਤ ਲਗਾਓ ਅਤੇ ਬਹੁਤ ਪਿਆਰ ਅੱਗੇ ਇੱਕ ਹੋਰ ਵੀ ਪਿੱਪਲ ਹੈ ਪੁਰਾਣਾ ਤੁਹਾਨੂੰ ਮੈਂ ਵੀ ਵਿਖਾ ਦਿੰਦਾ ਹਾਂ ਵੇਖੋ ਖਜੂਰਾਂ ਪਿੱਛੇ ਇੱਕ ਵਾਰੀ ਫੇਰ ਵੇਖ ਲਓ ਵਾਹ ਜੀ ਵਾਹ ਲਓ ਜੀ ਉਮੀਦ ਕਰਨਾ ਵਾਂ ਕਿ ਤੁਹਾਨੂੰ ਅੱਜ ਦਾ ਜਿਹੜਾ ਵਲੌਗ ਹੈ ਨਾ ਜ਼ਰੂਰ ਪਸੰਦ ਆਇਆ ਹੋਵੇਗਾ ਇਹ ਤਾਰੀਖੀ ਚੀਜ਼ਾਂ ਵੇਖ ਕੇ ਮਜ਼ਾਰਾਤ ਫਿਰ ਇਹ ਪਿੱਪਲ ਫਿਰ ਉੱਤੇ ਖਜੂਰ ਇਹ ਪਿੱਛੇ ਵੀ ਖਜੂਰਾਂ ਛੋਟੀ ਮਸਜਿਦ ਵੀ ਮਾਸ਼ਾ ਅੱਲਾ ਅਤੇ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅੱਜ ਦੀ ਇਹ ਵੀਡੀਓ ਅਤੇ ਇੰਜ ਦੀਆਂ ਵੀਡੀਓਜ਼ ਵੇਖਣ ਵਾਸਤੇ ਮੇਰਾ ਚੈਨਲ ਵੇਖੋ ਪੰਜਾਬ ਨੂੰ ਸਬਸਕ੍ਰਾਈਬ ਕਰਕੇ ਮੁਫਤਾਂ ਦਵੋ ਅਤੇ ਠੀਕ ਹੈ ਫਿਰ ਸਾਨੂੰ ਦਿਓ ਇਜਾਜ਼ਤਾਂ ਜੀ ਰੱਬ ਰੱਖ